अज़बीमर शीम अस्सलाम वालेकुम दोस्तों कैसे हैं दोस्तों उम्मीद करता हूँ कि मेरे तमाम दोस्त खैर से और खुश होंगे तो दोस्तों वास्ते आज जनाब बहुत ही सस्ता और मुनासिब रेटन में माल लेके हाजिर हैं जनाब चार पट्टा और एक ब्रीडर बहुत ही सस्ता पैकेज ਬਿਲਕੁਲ ਹੀ ਮੁਨਾਸਬ ਰੇਟਾਂ ਦੇ ਦੇਵਾਂਗੇ ਦੋਸਤੋ ਨੂੰ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੇਖਣਾ ਇਨਸ਼ਾ ਅੱਲਾਹ ਤਾਲਾ ਤਸੱਲੀ ਨਾਲ ਤੁਹਾਨੂੰ ਚੈੱਕ ਕਰਾਈ ਨੇ ਜਨਾਬ ਪੁਆਇੰਟ ਚੈੱਕ ਕਰਾਵਾਂਗੇ ਹਰ ਇੱਕ ਜਾਨਵਰ ਦੇ ਅਲੱਗ ਅਲੱਗ ਦਾ ਪੁਆਇੰਟ ਚੈੱਕ ਕਰਾਉਣੇ ਨੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੇਖਣਾ ਤਾਂ ਕਿ ਤੁਹਾਨੂੰ ਤਸੱਲੀ ਨਾਲ ਇੱਕ ਇੱਕ ਕਰਕੇ ਜਾਨਵਰ ਚੈੱਕ ਕਰਾਇਆ ਜਾਵੇ ਤਾਂ ਕਿ ਤੁਹਾਨੂੰ ਪਤਾ ਹੋਵੇ ਅਗਰ ਇੱਕ ਜਾਨਵਰ ਖਰੀਦਣਾ ਹੋਵੇ ਤਾਂ ਵੀ ਤੁਹਾਨੂੰ ਪਤਾ ਹੋਵੇ ਕਿ ਅਸੀਂ ਕਿਹੜਾ ਜਾਨਵਰ ਖਰੀਦ ਰਹੇ ਹਾਂ ਔਰ ਦੂਸਰੇ ਨੰਬਰ ਤੇ ਜਨਾਬ ਪੁਆਇੰਟ ਵੀ ਤੁਹਾਨੂੰ ਚੈੱਕ ਕਰਾਉਣੇ ਨੇ ਮੂੰਹ ਕੀ ਨੇ ਮੂੰਹ ਦੀ ਤਸੱਲੀ ਕਰਾਵਾਂਗੇ ਔਰ ਬਿਲਕੁਲ ਮੁਨਾਸਬ ਰੇਟਾਂ ਦੇਵਾਂਗੇ ਦੋਸਤਾਂ ਨੂੰ ਲਾਡ ਪਿਓਰ ਖੱਟੇ ਮੱਖੀ ਚੀਨੇ ਜਨਾਬ ਜਾਨਵਰ ਨੇ ਲੋ ਜਨਾਬੇ ਪਹਿਲੇ ਨੰਬਰ ਤੇ ਆ ਗਈ ਮਾਸ਼ਾਅੱਲਾ ਸਫੈਤ ਆਲ ਦੀ ਮੱਖੀ ਜੀਨੀ ਜਨਾਬ ਸਫੈਤ ਆਲ ਦੇ ਵਿੱਚ ਖੱਟੀ ਮੱਖੀ ਜੀਨੀ ਹੈ ਜਨਾਬੇ ਚੈੱਕ ਕਰ ਸਕਦੇ ਨੇ ਬਰੀਕ ਜੇਲ ਦੀ ਜਨਾਬ ਚੀਜ਼ਾਂ ਚੰਗੀਆਂ ਆਂ ਔਰ ਕੁਆਲਟੀ ਵਾਲੀਆਂ ਔਰ ਬਿਲਕੁਲ ਮੁਨਾਸਬ ਰੇਟਾਂ ਦੇ ਵਿੱਚ ਵਾਈਟ ਹਾਈਜ਼ ਦੇ ਵਿੱਚ ਬਿਲਕੁਲ ਛੋਟਾ ਸਿੰਘ ਹੈ ਬਿਲਕੁਲ ਬੈਕ ਸਿੰਘ ਹੈ ਪੀ ਜਨਾਬ ਤਸੱਲੀ ਨਾਲ ਤੁਹਾਨੂੰ ਪੁਆਇੰਟ ਚੈੱਕ ਕਰੀ ਨੇ ਬਾਕੀ ਜਨਾਬ ਸੌਦਾ ਲੈਣਾ ਦੇਣਾ ਨਸੀਬ ਦੀ ਗੱਲ ਹੈ ਅਗਰ ਕੱਲੀ ਕੱਲੀ ਖਰੀਦੋ ਤਾਂ ਵੀ ਮਿਲ ਜਾਏਗੀ ਅਗਰ ਜਨਾਬ ਇਕੱਠੀ ਲਾਟ ਖਰੀਦੋ ਤਾਂ ਵੀ ਮਿਲ ਜਾਏਗੀ ਬੱਕਰੀ ਦੇ ਮਾਸ਼ਾਅੱਲਾ ਪੁਆਇੰਟ ਚੈੱਕ ਕਰ ਸਕਦੇ ਨੇ ਬਿਹਤਰੀਨ ਪੁਆਇੰਟਾਂ ਦੇ ਵਿੱਚ ਉਮਰ ਦੀ ਗੱਲ ਕਰੀਏ ਤਾਂ ਉਮਰ ਵੀ ਤੁਹਾਨੂੰ ਚੈੱਕ ਕਰਾ ਦੇਣਾ ਮੂੰਹ ਤਸੱਲੀ ਨਾਲ ਚੈੱਕ ਕਰਾ ਦੇਣਾ ਜਨਾਬ ਇਹ ਚੈੱਕ ਕਰੋ 9 ਤੋਂ 10 ਮਹੀਨੇ ਏ ਜੇ 9 ਤੋਂ 10 ਮਹੀਨੇ ਮੂੰਹ ਜਨਾਬ ਖੀਰੀ ਇਹ ਪਹਿਲੇ ਨੰਬਰ ਤੇ ਆ ਗਈ ਹੁਣ ਦੂਸਰੇ ਨੰਬਰ ਤੋਂ ਜਾਨਵਰ ਚੈੱਕ ਕਰਨਾ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੇਖਣਾ ਤੇ ਲੋ ਜਨਾਬ ਇਹ ਦੂਸਰੇ ਨੰਬਰ ਤੇ ਆ ਗਏ ਮਾਸ਼ਾਅੱਲਾ ਪਿਓਰ ਤੋਤਾ ਫੇਸ ਦੇ ਵਿੱਚ ਜਨਾਬ ਪਿਓਰ ਤੋਤਾ ਫੇਸ ਦੇ ਵਿੱਚ ਚੀਜ਼ ਦੀ ਕੁਆਲਿਟੀ ਚੈੱਕ ਕਰ ਸਕਦੇ ਨੇ ਪਿਓਰ ਖੱਟੀ ਮੱਖੀ ਚੀਨੀ ਸਿੱਧੀ ਦੁੰਬ ਦੇ ਵਿੱਚ ਔਰ ਮਾਸ਼ਾਅੱਲਾ ਬਰੀਕ ਜੇਲ ਦੀ ਜਨਾਬ ਪਾਠੇ ਪਈ ਤੇ ਬਿਲਕੁਲ ਮੁਨਾਸਬ ਰੇਟਾਂ ਦੇ ਦੋਸਤਾਂ ਨੂੰ ਦੇਾਂਗੇ ਇਨਸ਼ਾਅੱਲਾ ਤਾਲਾ ਵੀਡੀਓ ਨੂੰ ਤੁਸੀਂ ਲਾਸਟ ਤੱਕ ਵੇਖਣਾ ਇਹ ਮਾਨ ਕੇ ਅੱਖ ਦੇ ਵਿੱਚ ਬਿਲਕੁਲ ਬੈਕ ਔਰ ਚਿਪਟਾ ਸਿੰਘ ਮੂੰਹ ਚੈੱਕ ਕਰਾ ਦੇ ਇਹ ਮੂੰਹ ਜਨਾਬ ਚੈੱਕ ਕਰੋ 8 ਤੋਂ 9 ਮਹੀਨੇ ਏਜ 8 ਤੋਂ 9 ਮਹੀਨੇ ਏਜ ਇਹ ਕ੍ਰਾਸ ਹੋਣ ਦੇ ਬਿਲਕੁਲ ਜਨਾਬ ਕਾਬਿਲ ਨੇ ਪਈਆਂ 2 2.5 ਮਹੀਨਾ ਬਾਅਦ ਕ੍ਰਾਸ ਹੋ ਜਾਣਗੇ ਅਗਰ ਹੁਣ ਕਰਾਓਗੇ ਹੁਣ ਵੀ ਹੋ ਜਾਣਗੇ ਲੇਕਿਨ 2 2.5 ਮਹੀਨਾ ਬਾਅਦ ਇਹ ਕ੍ਰਾਸ ਹੋ ਜਾਣੀਆਂ ਇਨਸ਼ਾ ਅੱਲਾਹ ਤਾਲਾ ਉਸ ਤੋਂ ਬਾਅਦ ਜਨਾਬ ਇਹ ਤੀਸਰੇ ਨੰਬਰ ਤੇ ਆ ਕੇ ਪਿਓਰ ਖੱਟੀ ਮੱਖੀ ਚੀਨੀ ਜਨਾਬ ਨਕੋੜਾ ਫੇਸ ਤੁਸੀਂ ਚੈੱਕ ਕਰ ਸਕਦੇ ਨੇ ਬਿਲਕੁਲ ਬਰੀਕ ਜਿਲਦ तो जनाब हाइट लेंथ तो चेक कर सकते हैं हाइट और लेंथ माशा बहुत ही प्यारी और जबरदस्त है जनाब सफेद अख देखिए बिल्कुल बैक सिंग ने यह चेक कर सकते हैं। बिल्कुल छोटा सिंग है और नकोड़ा फेस माशाला चेक करो बेहतरीन आउट कलास जनाब ये मूँह की गल करिए मूँ ये अट्ठ महीने उम्र जनाब अट्ठ महीने ये चेक कर सजे विरल ही नहीं पी बा क्वालिटी चीज़ चेक करो माशा बिल्कुल सीधी दुम प्योर खटी मक्खी चीजें जनाब बिल्कुल सस्ता माल इनशाला त ਉਸ ਤੋਂ ਬਾਅਦ ਜਨਾਬੇ ਲਾਸਟ ਨੰਬਰ ਤੇ ਆ ਗਏ ਇਹ ਵੀ ਖੱਟੀ ਮੱਖੀ ਚੀਨੀ ਪਿਓਰ ਮਤਰਸੇ ਦੇ ਕਲਰ ਨੇ ਜਨਾਬ ਲੰਬੇ ਔਰ ਚੌੜੇ ਕੰਨ ਬਿਹਤਰੀਨ ਲਾਪਰ ਨੇ ਕੰਨਾਂ ਦੇ ਇਹ ਜਨਾਬ ਸਿੱਧੀ ਢੋਂਬ ਦੇ ਵਿੱਚ ਬਰੀਕ ਜੇਲਦੀ ਜਨਾਬ ਇਹ ਪਾਟ ਚੈੱਕ ਕਰ ਸਕਦੇ ਨੇ ਬਿਲਕੁਲ ਜਨਾਬ ਬਰੀਕ ਜੇਲਦੀ ਤੇ ਔਰ ਮਾਸ਼ਾਅੱਲਾ ਬਾਦ ਮੱਥੇ ਦੀ ਜਨਾਬ ਪਾਠੇ ਚੈੱਕ ਕਰ ਸਕਦੇ ਨੇ ਇਹ ਵੀ ਮਾਨ ਕੇ ਆਖ ਦੇ ਵਿੱਚ ਇਹ ਜਨਾਬ ਬੈਕ ਔਰ ਚਿਪਟੇ ਹੋਏ ਸਿੰਘ ਇਹ ਜਨਾਬ ਚੈੱਕ ਕਰ ਸਕਦੇ ਨੇ ਮੂੰਹ ਚੈੱਕ ਇਹ ਇਹਦੀ ਜਨਾਬ 10 11 ਮਹੀਨੇ ਦੀ ਇਹ ਜਨਾਬ ਖੀਰੀਏ ਪਾਟ ਚਾਰੇ ਦੇ ਚਾਰੇ ਖੀਰੀਆਂ ਪੱਠਾ ਨੇ ਜਨਾਬ ਇਹ ਜਨਾਬ ਕਰਾਸ ਵੀ ਹੋਈ ਹੋਈ ਹੈ ਤੁਹਾਨੂੰ ਦੱਸ ਦਈਏ ਇਹ ਚੌਥੇ ਨੰਬਰ ਵਾਲੀ ਕਰਾਸ ਵੀ ਹੋਈ ਹੋਈ ਹੈ ਬਾਕੀ ਅਸੀਂ ਤੁਹਾਨੂੰ ਖਾਲੀ ਬਣਾ ਕੇ ਦੇਵਾਂਗੇ ਬਾਕੀ ਤਿੰਨ ਜਨਾਬ ਖਾਲੀ ਨੇ ਬਾਕੀ ਜਨਾਬ ਖਾਲੀ ਨੇ ਇੱਕ ਕਰਾਸ ਹੋਈ ਹੋਈ ਹੈ ਬਾਕੀ ਜਨਾਬ ਤੁਹਾਡਾ ਨਸੀਬ ਅਸੀਂ ਖਾਲੀ ਬਣਾ ਕੇ ਦੇਵਾਂਗੇ ਮਹੀਨੇ ਡੇਢ ਦੀ ਕਰਾਸ ਹੈ ਭਾਈ ਇਹ ਜਨਾਬ ਚੈੱਕ ਕਰ ਸਕਦੇ ਨੇ ਸਿੱਧੀ ਦੋਂਬਾ اور ਮਾਸ਼ੱਲਾ ਬਾਦ ਮੱਥੇ ਦੀ પાઠ્ય પેકના ਦੇ લાભ ਪਰ ਬਿਹਤਰੀਨ اور ਰੇਟ ਤੁਹਾਨੂੰ ਦੱਸਾਂਗੇ ਇਨਸ਼ਾ ਅੱਲਾਹ ਜਨਾਬ ਇਹ ਬਰੀਡਰ ਤੁਹਾਨੂੰ ਚੈੱਕ ਕਰਾ ਦੇ ਉਸ ਤੋਂ ਬਾਅਦ ਜਨਾਬ ਤੁਹਾਨੂੰ ਰੇਟ ਦੱਸਣਾ ਹੈ ਬਿਲਕੁਲ ਹੀ ਮناسب ਰੇਟ ਹੈ ਤੇ ਇਹ ਜਨਾਬ लास्ट ਨੰਬਰ ਤੇ ਬਰੀਡਰ ਆ ਗਿਆ ਬਰੀਡਰ ਚੈੱਕ ਕਰੋ ਬਹੁਤ ਹੀ ਮਾਸ਼ਾ ਅੱਲਾਹ ਪਿਆਰਾ ਰ ਆਊਟ ਕਲਾਸ ਚੀਜ਼ ਹੈ ਜਨਾਬ ਨਕੌੜਾ ਫੇਸ ਤੁਸੀਂ ਚੈੱਕ ਕਰ ਸਕਦੇ ਨੇ ਬਰੀਕ ਜਿਲ ਦਾ ਜਨਾਬ ਤੇ ਸਿੱਧੀ ਦੋਂਬ ਦੇ ਵਿੱਚ ਹੈ ਜਨਾਬ ਚੈੱਕ ਕਰ ਸਕਦੇ ਨੇ ਬੰਦ ਮੱਥੇ ਦਾ ਜਨਾਬ ਇਹ ਬੰਦ ਮੱਥਾ ਜਿਸ ਤਰ੍ਹਾਂ ਦਾ ਬਰੀਡਰ ਪੱਠਾ ਨੇ ਪਿਆ ਉਸ ਤਰ੍ਹਾਂ ਦਾ ਹੀ ਬਰੀਡਰ ਹੈ ਤੇ ਜਨਾਬ ਇਸ ਤਰ੍ਹਾਂ ਦੀ ਪੱਠਾ ਜੇ ਨਾ ਅਗਰ ਮੰਡੀਆਂ ਚ ਲੰਮੜ ਜਾਓ ਤਾਂ ਮੰਡੀਆਂ ਤੋਂ ਇਨਸ਼ਾ ਅੱਲਾਹ ਤਾਲਾ ਇਹ 32 ਤੋਂ 33000 ਨੂੰ ਮਿਲਸੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਸਸਤੇ ਔਰ ਮਨਾਸਬ ਰੇਟਾਂ ਦੇ ਦੇਆ ਕਿ ਗਿਲਾਨੀ ਕੋਟ ਫਾਰਮ ਤੇ ਜਨਾਬ ਇਹ ਫੇਸ ਚੈੱਕ ਕਰ ਸਕਦੇ ਨੇ ਬੱਕਰੇ ਦਾ ਪੁਆਇੰਟ ਵਾਲਾ ਬੱਕਰਾ ਮਾਸ਼ਾ ਅੱਲਾਹ ਚੰਗੀ ਹਾਈਟ ਔਰ ਚੰਗੀ ਲੈਂਥ ਦੇ ਵਿੱਚ ਮੋਟੇ ਜਨਾਬ ਪੈੜ ਪੌੜ ਨੇ ਇਹ ਚੈੱਕ ਕਰ ਸਕਦੇ ਨੇ ਮੋٹے ਪੌੜਾਂ ਦੇ ਵਿੱਚ ਔਰ ਬਰੀਡਰ ਇਹ ਜਨਾਬ ਆਂਡਾ ਵੀ ਚੈੱਕ ਕਰਾ ਦੇਵੇ ਤਸल्ली ਨਾਲ ਬੋਲੋ ਬੈਸਟ ਬਰੀਡਰ ਇਹ ਡਬਲ ਹੱਡੀ ਦੇ ਵਿੱਚ ਜਨਾਬ ਇਹ ਚੈੱਕ ਕਰ ਸਕਦੇ ਨੇ ਬਾਕੀ ਜਨਾਬ ਰੇਟ ਦੱਸ ਦਿਆਵੇ ਰੇਟ ਕੋਈ ਜ਼ਿਆਦਾ ਰੇਟ ਨਹੀਂ ਹੈ ਜਨਾਬ ਇਹ ਗਿਲਾਨੀ ਕੋਟ ਫਾਰਮ ਤੇ ਸਸਤਾ ਪੈਕੇਜ ਕੋਈ 28 3000 ਨਹੀਂ 26 26000 ਰੁਪਏ ਰੇਟ ਕਰਦੇ ਪਏ ਫਿਰ ਵੀ ਪਿਆਰ ਮੁਹਬਤ ਹੋ ਜਾਸੀ ਇਹ ਨਹੀਂ ਕਿ ਫਾਈਨਲ ਰੇਟ ਹੈ ਬਾਕੀ ਦੋਸਤੋ ਅੱਜ ਦੀ ਵੀਡੀਓ ਇੰਨੇ ਤੱਕ ਕਿ ਬਰੀਡਰ ਦਾ ਸੌਰੀ ਬਰੀਡਰ ਦਾ ਰੇਟ ਤੁਹਾਨੂੰ ਦੱਸ ਦੇ ਜਾਈ 55000 ਰੁਪਏ ਬਰੀਡਰ ਦਾ ਰੇਟ ਹੈ ਬਾਕੀ ਪਿਆਰ ਮੁਹਬਤ ਹੋ ਜਾਏਗੀ ਬਾਕੀ ਦੋਸਤੋ ਅੱਜ ਦੀ ਵੀਡੀਓ ਇੰਨੇ ਤੱਕ ਹੈ ਵੀਡੀਓ ਅਗਰ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੋਸਤਾਂ ਨੂੰ ਸ਼ੇਅਰ ਕਰਨਾ ਅਸਲਾਮੁਅਲੈਕੁਮ ਅੱਲਾਹ ਹਾਫਿਜ਼